ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਨਦਰ ਕੁਇਕਟ ਦੇ ਬਾਰੇ ਡਿਸਕ੍ਰਾਈਬ ਅ ਟਾਈਮ ਵੈਨ ਯੂ ਮਿਸਡ ਐਨ ਅਪਾਇੰਟਮੈਂਟ ਇੱਕ ਟਾਈਮ ਦੇ ਬਾਰੇ ਗੱਲ ਕਰਨੀ ਆ ਜਦੋਂ ਤੁਸੀਂ ਇੱਕ ਅਪਾਇੰਟਮੈਂਟ ਮਿਸ ਕੀਤੀ ਸੀ ਵੈਨ ਐਂਡ ਵੇਅਰ ਇਟ ਹੈਪਨਡ ਕਿੱਥੇ ਔਰ ਕਦੋਂ ਇਹ ਚੀਜ਼ ਹੈਪਨ ਹੋਈ ਸੀ ਵਾਟ ਦਾ ਅਪਾਇੰਟਮੈਂਟ ਵਾਸ ਫੋਰ ਕਿ ਦੇ ਬਾਰੇ ਅਪਾਇੰਟਮੈਂਟ ਸੀ ਵਾਟ ਹੈਪਨਡ ਵੈਨ ਯੂ ਮਿਸਡ ਇਟ ਕੀ ਹੋਇਆ ਸੀ ਜਦੋਂ ਤੁਸੀਂ ਮਿਸ ਕੀਤੀ ਸੀ ਐਂਡ ਐਕਸਪਲੇਨ ਹਾਊ ਯੂ ਫੈਲਟ ਅਬਾਊਟ ਮਿਸਿੰਗ ਦਾ ਅਪਾਇੰਟਮੈਂਟ ਔਰ ਐਕਸਪਲੇਨ ਕਰਨਾ ਆ ਕਿ ਤੁਸੀਂ ਕਿਦਾਂ ਦਾ ਫੀਲ ਕਰਦੇ ਸੀ ਉਸ ਅਪਾਇੰਟਮੈਂਟ ਨੂੰ ਮਿਸ ਕਰਕੇ ਤੁਸੀਂ ਬ ਵੈਲ ਆਈ ਏਮ ਨਾਟ ਆ ਹਾਈਪਰਥਰਮੀਸੀਆ ਪਰਸਨ ਹਾਈਪਰਥਰਮੀਸੀਆ ਅਸੀਂ ਉਸ ਪਰਸਨ ਨੂੰ ਕਹਿੰਦੇ ਆ ਜਿਹਦੀ ਮੈਮਰੀ ਬਹੁਤ ਸ਼ਾਰਪ ਹੁੰਦੀ ਹੈ ਇੱਕ ਗॉड ਗਿਫਟਡ ਪਰਸਨ ਹੁੰਦਾ ਤੇ ਮੈਂ ਉਹ ਪਰਸਨ ਨਹੀਂ ਹੈ ਕਿ ਲਾਈਕ ਮੇਰੀ ਮੈਮਰੀ ਬਹੁਤ ਸ਼ਾਰਪ ਆ ਐਸ ਆਈ ਫੋਰਗੇਟ ਐਂਪਲ ਨਾਰਮਲ ਥਿੰਗਸ ਇਨ ਮਾਈ ਡੇਲੀ ਰੁਟੀਨ ਔਰ ਮੈਂ ਬਹੁਤ ਸਾਰੀਆਂ ਐਵੇਂ ਦੀਆਂ ਮੇਰੀਆਂ ਚੀਜ਼ਾਂ ਨੇ ਨਾਰਮਲ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੀ ਡੇਲੀ ਰੁਟੀਨ ਦੇ ਵਿੱਚ ਭੁੱਲ ਜਾਂਦਾ ਹਾਂ ਹੇਅਰ ਆਈ ਊਡ ਲਾਈਕ ਟੂ ਸ਼ੈਡ ਸਮ ਲਾਈਟ ਔਨ ਟਾਈਮ ਵੈਨ ਆਈ ਮਿਸਡ ਐਨ ਅਪਾਇੰਟਮੈਂਟ ਆਫ ਡਾਕਟਰ ਅੱਜ ਮੈਂ ਗੱਲ ਕਰਾਂਗਾ ਉਸ ਅਪਾਇੰਟਮੈਂਟ ਦੇ ਬਾਰੇ ਉਸ ਡਾਕਟਰ ਦੀ ਅਪਾਇੰਟਮੈਂਟ ਸੀ ਜਿਹੜੀ ਮੈਂ ਮਿਸ ਕੀਤੀ ਸੀ ਆਈ ਵਿਵਰਲੀ ਰਿਮਨੈਂਸ ਮੈਨੂੰ ਯਾਦ ਆ ਕਿ ਲਾਸਟ ਈਅਰ ਆਈ ਟੋਕਨ ਅਪਾਇੰਟਮੈਂਟ ਫਾਰ ਆਈ ਟੈਸਟ ਮੈਂ ਇੱਕ ਆਈ ਚੈੱਕਅਪ ਵਾਸਤੇ ਇੱਕ ਅਪਾਇੰਟਮੈਂਟ ਲਈ ਸੀਗੀ ਬਿਕਾਜ਼ ਆਈ ਵਾਸ ਅ ਸਟੂਡੈਂਟ ਕਿਉਂਕਿ ਮੈਂ ਉਦੋਂ ਸਟੂਡੈਂਟ ਸੀ ਐਂਡ اٹੈਂਡਡ ਆਨਲਾਈਨ ਕਲਾਸਸ ਔਨ ਲੈਪਟਾਪ ਔਰ ਲੈਪਟਾਪ ਤੇ ਆਨਲਾਈਨ ਕਲਾਸਸ ਅਟੈਂਡ ਕਰਦਾ ਸੀ ਵਿਦ ਵਿੱਚ ਜਿਹਦੇ ਕਰਕੇ ਮਾਈ ਆਈਜ਼ ਜਨਰਲੀ ਫੀਲਡ ਵਿਦ ਵਾਟਰ ਐਂਡ ਬੀਕੇਮ ਰੈੱਡ ਜਿਹਦੇ ਕਰਕੇ ਮੇਰੇ ਅੱਖਾਂ ਅਕਸਰ ਪਾਣੀ ਨਾਲ ਭਰ ਜਾਂਦੇ ਸੀ ਤੇ ਰੈੱਡ ਹੋ ਜਾਂਦੇ ਸੀ ਸੋ ਆਈ ਡਿਸਾਈਡਡ ਟੂ ਕੰਸਲਟ ਅ ਡਾਕਟਰ ਰਿਗਾਰਡਿੰਗ ਥਿਸ ਸੋ ਮੈਂ ਡਿਸਾਈਡ ਕੀਤਾ ਕਿ ਮੈਂ ਡਾਕਟਰ ਦੀ ਸਲਾਹ ਲਵਾਂ ਇਹਦੇ ਬਾਰੇ ਵਿੱਚ ਆਈ ਬੁੱਕਡ ਐਨ ਅਪਾਇੰਟਮੈਂਟ ਟੂ ਵੀਕਸ ਪ੍ਰੀਅਰ ਮੈਂ 2 ਹਫਤੇ ਪਹਿਲਾਂ ਹੀ ਜਿਹੜੀ ਅਪਾਇੰਟਮੈਂਟ ਸੀ ਉਹ ਬੁੱਕ ਕਰ ਲਈ ਸੀ ਐਜ਼ ਮਾਈ ਐਗਜ਼ਾਮ ਹੈਡ ਕੰਪਲੀਟਡ ਕਿਉਂਕਿ ਮੇਰੇ ਐਗਜ਼ਾਮ ਕੰਪਲੀਟ ਹੋ ਚੁੱਕੇ ਸੀ ਸੋ ਆਈ ਵਾਸ ਫਰੀ ਐਟ ਮਾਈ ਅਬਾਊਟ ਸੋ ਮੈਂ ਆਪਣੇ ਘਰ ਬਿਲਕੁਲ ਫ੍ਰੀ ਸੀਗਾ and i was thinking that it would not be an uphill task for me to attend that appointment aur main ye soch raha thi ki mere liye mushkil kaam nahi hoayega us appointment nu attend karna an uphill task matlab ek difficult task not an uphill task matlab difficult task na hona kyunki mainu lagda si free hai ta easily main wo appointment nu jada hai wo attend kar lunga but after few days par kuch din baad hi mere exam de my comrades planned to go for an off road excursion mere friends ne plan kar liya si off road trip da ki matlab off road trip te jaan da as i am a adventurous person adventurous person hunda jinu risk lena daring activities karna bahut pasand hunda hai ta i agreed within a jiffy within a jiffy jiffy da matlab hunda within short time period ta main jaldi de naal man gaya si unna de naal off -road, roading jaan de li ਇਵਨ ਆਈ ਕੰਪਲੀਟਲੀ ਫੋਰਗਾਟ ਅਬਾਊਟ ਮਾਈ ਅਪਾਇੰਟਮੈਂਟ ਇਵਨ ਮੈਂ ਤਾਂ ਕੰਪਲੀਟਲੀ ਭੁੱਲ ਗਿਆ ਸੀ ਆਪਣੀ ਅਪਾਇੰਟਮੈਂਟ ਦੇ ਬਾਰੇ ਐਂਡ ਵਾਸ ਬਿਜ਼ੀ ਇਨ ਦਾ ਇੰਜੋਏਮੈਂਟ ਵਿਦ ਮਾਈ ਬਰਡੀਜ਼ ਔਰ ਇੰਜੋਏਮੈਂਟ ਵਿੱਚ ਬਿਜ਼ੀ ਹੋ ਗਿਆ ਸੀ ਆਫਟਰ 2 ਵੀਕਸ ਵੈਨ ਆਈ ਕੇਮ ਬੈਕ ਟੂ ਮਾਈ ਅਬਾਊਟ 2 ਹਫਤੇ ਪਹਿਲਾਂ 2 ਹਫਤੇ ਬਾਅਦ ਜਦੋਂ ਮੈਂ ਘਰ ਵਾਪਸ ਆਇਆ ਅਬਾਊਟ ਦਾ ਮਤਲਬ ਹੁੰਦਾ ਹੂੰ ਐਂਡ ਸਟਾਰਟਡ ਮਾਈ ਸਟੱਡੀ ਅਗੇਨ ਔਰ ਆਪਣੀ ਸਟੱਡੀ ਦੁਬਾਰਾ ਤੋਂ ਸਟਾਰਟ ਕੀਤੀ then i faced the same problem regarding my ਆਈ ਸਾਈਟ ਦੈਨ ਮੈਂ ਸੇਮ ਪ੍ਰੋਬਲਮ ਫੇਸ ਕੀਤੀ ਆਪਣੀ ਆਈ ਸਾਈਟ ਨੂੰ ਲੈ ਕੇ ਆਊਟ ਆਫ ਦਾ ਬਲੂ ਆਈ ਰਿਮੈਂਬਰਡ ਅਬਾਊਟ ਮਾਈ ਅਪਾਇੰਟਮੈਂਟ ਆਊਟ ਆਫ ਦਾ ਬਲੂ ਮਤਲਬ ਹੁੰਦਾ ਅਚਾਨਕ ਅਚਾਨਕ ਹੀ ਮੈਨੂੰ ਮੇਰੀ ਅਪਾਇੰਟਮੈਂਟ ਦਾ ਯਾਦ ਆਇਆ ਅਨਫੋਰਚੂਨੇਟਲੀ ਦਾ ਡੇਟ ਵਾਸ ਗੋਨ ਅਨਫੋਰਚੂਨੇਟਲੀ ਦਾ ਮਤਲਬ ਹੁੰਦਾ ਬਦਕਿਸਮਤੀ ਦੇ ਨਾਲ ਉਹ ਡੇਟ ਲੰਘ ਗਈ ਸੀ ਮੇਰੀ ਅਪਾਇੰਟਮੈਂਟ ਦੀ ਐਟ ਦੈਟ ਟਾਈਮ ਆਈ ਫੈਲਟ ਡਾਊਨ ਇਨ ਦਾ ਡੰਪਸ ਉਸ ਟਾਈਮ ਤੇ ਮੈਂ ਡਾਊਨ ਇਨ ਦਾ ਡੰਪਸ ਫੀਲ ਕਰ ਰਿਹਾ ਸੀ ਮਤਲਬ ਬਹੁਤ ਦੁਖੀ ਫੀਲ ਕਰ ਰਿਹਾ ਸੀ ਬਿਕੇਸ ਆਫ ਮਾਈ ਨੈਗਲੀਜੈਂਸ ਮੈਂ ਆਪਣੀ ਨੈਗਲੀਜੈਂਸ ਕਰਕੇ ਕਿ ਮੈਂ ਉਹ ਅਪਾਇੰਟਮੈਂਟ ਨੂੰ ਮਿਸ ਕਰ ਦਿੱਤਾ ਸੀ ਦੈਨ ਆਈ ਅਗੇਨ ਬੁੱਕ ਦੈਨ ਅਨਦਰ ਅਪਾਇੰਟਮੈਂਟ ਦੈਨ ਮੈਂ ਫਿਰ ਤੋਂ ਇੱਕ ਹੋਰ ਅਪਾਇੰਟਮੈਂਟ ਜਿਹੜੀ ਸੀ ਉਹ ਬੁੱਕ ਕੀਤੀ ਫਰਮ ਦੈਟ ਟਾਈਮ ਉਸ ਟਾਈਮ ਤੋਂ ਹੀ ਆਈ ਸਟਾਰਟਡ ਟੂ ਪ੍ਰਿਪੇਅਰ ਨੋਟਸ ਐਂਡ ਸੈਟ ਅ ਰਿਮਾਈਂਡਰ ਇਨ ਮਾਈ ਮੋਬਾਈਲ ਫੋਨ ਉਸ ਟਾਈਮ ਤੋਂ ਹੀ ਮੈਂ ਜਿਹੜਾ ਸੀ ਨੋਟਸ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਕੋਈ ਵੀ ਵਰਕ ਹੁੰਦਾ ਸੀ ਤਾਂ ਮੈਂ ਨੋਟਬੁੱਕ ਤੇ ਲਿਖਦਾ ਸੀ ਔਰ ਇੱਕ ਰਿਮਾਈਂਡਰ ਸੈੱਟ ਕਰ ਲੈਂਦਾ ਸੀ ਆਪਣੇ ਮੋਬਾਈਲ ਫੋਨ ਦੇ ਵਿੱਚ ਐਸ ਆਈ ਨੋ ਆਈ ਡੋਨਟ ਹੈਵ ਸ਼ਾਰਪ ਮੈਮਰੀ ਜਿਵੇਂ ਕਿ ਮੈਂ ਜਾਣਦਾ ਕਿ ਮੇਰੀ ਇੰਨੀ ਸ਼ਾਰਪ ਮੈਮਰੀ ਨਹੀਂ ਹੈਗੀ ਮੈਨੂੰ ਇਹਨਾਂ ਯਾਦ ਨਹੀਂ ਰਹਿੰਦਾ ਸੋ ਨਾਊ ਅਡੇਜ਼ ਆਈ ਆਲਵੇਸ ਪੁਟ ਮਾਈ ਬੈਸਟ ਫੁੱਟ ਫੋਰਵਰਡ ਫਾਰ ਮੈਂਮਰਿੰਗ ਪਿਵੋਟਲ ਵਰਕਸ ਥੈਨ ਇਹਨਾਂ ਦਿਨਾਂ ਦੇ ਵਿੱਚ ਮੈਂ ਆਪਣਾ 100% ਟ੍ਰਾਈ ਕਰਦਾ ਪੁਟ ਮਾਈ ਬੈਸਟ ਫੁੱਟ ਫੋਰਵਰਡ ਦਾ ਮਤਲਬ ਹੁੰਦਾ 100% ਆਪਣੀ ਜਿਹੜਾ ਟ੍ਰਾਈ ਕਰਨਾ 100% ਦੇਣਾ कि ने जड़ियाँ याद रहन नेद रह मतलब होंगे इंपॉर्टेंट टू कैपिटल दिस इज एन इडियम फॉर अनिंग दिस वॉज द टाइम वैन आई मिस ड एन अपंटमेंट एंड इट इज एन अलैक्ट्रीफाइंग एक्सपीरियंस फॉर मई ये एस टाइम सगा जो मैं एक अपॉइंटमेंट मिस की और यह मेरे लिए एक ना भुलण वाला एक्सपीरियंस है मतलब कोई भी चीज़ अगर चंकी होंगी ਉਹ ਵੀ ਪਰਸਨ ਨਹੀਂ ਬੋਲਦਾ ਤਾਂ ਅਗਰ ਕੋਈ ਬੁਰੀ ਹੁੰਦੀ ਉਹ ਵੀ ਨਹੀਂ ਬੋਲਦਾ ਤਾਂ ਮੈਨੂੰ ਮੇਰੀ ਉਹ ਨੈਗਲੀਜੈਂਸ ਨੇ ਜਿਹੜੀ ਅਪਾਇੰਟਮੈਂਟ ਮਿਸ ਹੋਈ ਉਹਦੇ ਕਰਕੇ ਮੈਨੂੰ ਇੱਕ ਲੈਸਨ ਮਿਲਿਆ ਸੀ ਕਿ ਹੁਣ ਮੈਂ ਨੋਟਸ ਬਣਾਉਣਾ ਹੈ ਤਾਂ ਹਰ ਜਿਹੜੀ ਇੰਪੋਰਟੈਂਟ ਚੀਜ਼ ਨੂੰ ਯਾਦ ਰੱਖਣ ਲਈ ਰਿਮਾਈਂਡਰ ਸੈੱਟ ਕਰਦਾ ਤਾਂ ਇਸ ਲਈ ਉਹ ਮੇਰੇ ਲਈ ਇੱਕ ਨਾ ਭੁੱਲਣ ਵਾਲਾ ਐਕਸਪੀਰੀਅੰਸ ਹੈਗਾ ਇਲੈਕਟ੍ਰਾਈਫਾਈਂਗ ਮਤਲਬ ਅਨਫੋਰਗੇਟੇਬਲ ਸੋ ਇਹ ਸੀ ਸਾਡਾ ਅੱਜ ਦਾ ਕਿਊ ਕਾਰਡ ਜੋ ਬੇਸਡ ਸੀਗਾ ਜਿਹੜੀ ਤੁਸੀਂ ਅਪਾਇੰਟਮੈਂਟ ਮਿਸ ਕੀਤੀ ਸੀ ਉਹਦੇ ਬਾਰੇ ਹੋਪ ਹੈ ਕਿ ਤੁਹਾਡੇ ਲਈ ਬੈਨੀਫੀਸ਼ੀਅਰ ਹੋਏਗਾ ਸੋ ਹੁਣ ਅਸੀਂ ਕਰਦੇ ਹਾਂ ਇਸ ਦੇ ਫਾਲੋਅ ਅਪ ਕੁਐਸ਼ਨਸ ਫਰਸਟ ਕੁਐਸ਼ਨ ਇਜ਼ ਵਿਚ ਇਵੈਂਟ ਇਨ ਯੂਅਰ ਕੰਟਰੀ 杜 ਮੋਸਟ ਪੀਪਲ ਫੋਰਗੇਟ ਕਿਹੜਾ ਇਵੈਂਟ ਆ ਤੁਹਾਡੀ ਕੰਟਰੀ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕ ਭੁੱਲ ਜਾਂਦੇ ਨੇ ਵੈਲ ਇਟਸ ਨੋਟ ਅ ਕੱਪ ਆਫ ਟੀ ਫॉर ਮੀ ਟੂ ਟਾਕ ਅਬਾਊਟ ਅ ਸਿੰਗਲ ਇਵੈਂਟ ਵਿਚ ਇਜ਼ ਜਨਰਲੀ ਫੋਰਗਟਨ ਬਾਈ ਇੰਡੀਵਿਜੂਅਲ ਇਹ ਬਹੁਤ ਔਖਾ ਹੈ ਨੋਟ ਅ ਕੱਪ ਆਫ ਟੀ ਮਤਲਬ ਨੋਟ ਇਜ਼ੀ ਇੰਨਾ ਆਸਾਨ ਨਹੀਂ ਹੈ ਕਿ ਇੱਕ ਇਵੈਂਟ ਬਾਰੇ ਦੱਸਣਾ ਕਿ ਕਿਹੜਾ ਲੋਕ ਜਿਹੜੇ ਨੇ ਛੇਤੀ ਨਾਲ ਭੁੱਲ ਜਾਂਦੇ ਨੇ ਬਟ ਅਕੋਰਡਿੰਗ ਟੂ ਮਾਈ ਪਰਸਪੈਕਟਿਵ ਪਰ ਮੇਰੇ ਵਿਊ ਪੁਆਇੰਟ ਦੇ ਅਕੋਰਡਿੰਗ ਇੰਡੀਵਿਜੂਅਲਸ ਮੋਸਟਲੀ ਫੋਰਗੇਟ ਬਰਥਡੇਸ ਐਂਡ ਐਨਵਰਸਰੀਜ਼ ਆਫ ਦੇ ਨੀਅਰ ਐਂਡ ਡੀਅਰ ਵਨਸ ਜਿਹੜੇ ਲੋਕ ਨੇ ਜ਼ਿਆਦਾਤਰ ਉਹ ਬਰਥਡੇ ਡੇਟ ਜਿਹੜੀ ਹੁੰਦੀਆਂ ਨੇ ਜਾਂ ਐਨਵਰਸਰੀ ਡੇਟਸ ਹੁੰਦੀਆਂ ਨੇ ਉਹ ਆਪਣੇ ਨੀਅਰ ਐਂਡ ਡੀਅਰ ਵਨਸ ਨੇ ਭੁੱਲ ਜਾਂਦੇ ਨੇ ਸੋ ਇਹ ਇਵੈਂਟਸ ਉਹ ਜਨਰਲੀ ਭੁੱਲਦੇ ਨੇ ਫੋਰਗੇਟ ਨੈਟਲ ਡੇਸ ਵੀ ਤੁਸੀਂ ਇੱਥੇ ਲਿਖ ਸਕਦੇ ਹੋ ਕਿਉਂਕਿ ਨੈਟਲ ਡੇਸ ਦਾ ਵੋਕੈਬਲਰੀ ਵਰਡ ਫਾਰ ਬਰਥਡੇ ਡੂ ਯੂ ਥਿੰਕ ਇਟ ਇਜ਼ ਅ ਗੁੱਡ ਆਈਡੀਆ ਟੂ ਯੂਜ਼ ਇਲੈਕਟ੍ਰੋਨਿਕ ਡਿਵਾਈਸਸ ਫਾਰ ਪੁੱਟਿੰਗ ਰਿਮਾਈਂਡਰ ਕੀ ਤੁਹਾਨੂੰ ਲੱਗਦਾ ਹੈ ਕਿ ਵਧੀਆ ਆਈਡੀਆ ਹੈ ਕਿ ਇਲੈਕਟ੍ਰੋਨਿਕ ਡਿਵਾਈਸ ਨੂੰ ਯੂਜ਼ ਕਰਨਾ ਰਿਮਾਈਂਡਰ ਲਗਾਉਣ ਦੇ ਲਈ ਆਫ ਕੌਰਸ ਥਿਸ ਇਜ਼ ਅ ਗੁੱਡ ਥਿੰਗ ਸੱਚੀ ਚੀਜ਼ ਤਾਂ ਵਧੀਆ ਹੀ ਆ ਬਿਕਾਜ਼ ਟੈਕਨੋਲੋਜੀ ਇਸ ਪ੍ਰੋਲੀਫਰੇਟਿੰਗ ਡੇ ਬਾਏ ਡੇ ਕਿਉਂਕਿ ਜੜੀ ਟੈਕਨੋਲੋਜੀ ਆ ਦਿਨੂ ਦਿਨ ਫਲਰਿਸ਼ ਹੁੰਦੀ ਜਾ ਰਹੀ ਆ ਫਲਰਿਸ਼ਿੰਗ ਜਾਂ ਪ੍ਰੋਲੀਫਰੇਟਿੰਗ ਐਂਡ ਮੇਕਸ ਇੰਡੀਵਿਜੂਅਲਸ ਲਾਈਫ ਕਨਵੀਨੀਐਂਟ ਔਰ ਜਿਹੜੀ ਲੋਕਾਂ ਦੀ ਲਾਈਫ ਹੈ ਉਹਦੇ ਨਾਲ ਕਾਫੀ ਈਜ਼ੀ ਹੋ ਜਾਂਦੀ ਹੈ ਅਗਰ ਉਹ ਰਿਮਾਈਂਡਰ ਸੈੱਟ ਕਰਦੇ ਨੇ ਇਲੈਕਟ੍ਰੋਨਿਕ ਡਿਵਾਈਸਸ ਤੇ ਡੂ ਯੂ ਯੂਜ਼ ਥੈਮ ਕੀ ਤੁਸੀਂ ਵੀ ਯੂਜ਼ ਕਰਦੇ ਇਲੈਕਟ੍ਰੋਨਿਕ ਡਿਵਾਈਸਸ ਡੈਫੀਨਿਟਲੀ ਆਈ ਯੂਜ਼ ਇਲੈਕਟ੍ਰੋਨਿਕ ਗੈਜ਼ਟ ਟੂ ਲੀਵ ਅ ਲਗਜ਼ਰੀਅਸ ਲਾਈਫ ਮੈਂ ਵੀ ਇਲੈਕਟ੍ਰੋਨਿਕ ਗੈਜ਼ਟ ਜਿਹੜੇ ਉਹ ਯੂਜ਼ ਕਰਦਾ ਹਾਂ ਇੱਕ ਸ਼ਾਨਦਾਰ ਇੱਕ ਵਧੀਆ ਲਾਈਫ ਸਟਾਈਲ ਜਿਉਣ ਦੇ ਲਈ ਐਂਡ ਆਈ ਸਰਮਾਈਜ਼ ਥੈਟ ਔਰ ਮੈਂ ਇਹ ਚੀਜ਼ ਸੋਚਦਾ ਹਾਂ ਸਰਮਾਈਜ਼ ਮਤਲਬ ਥਿੰਕ ਦੀਸ ਗੈਜ਼ਟਸ ਆਰ ਦਾ ਨੀਡ ਆਫ ਐਨ ਆਰ ਇਨ ਦਿਸ ਕੰਟੈਂਪਰੇਰੀ ਐਰਾ ਇਹ ਜਿਹੜੇ ਗੈਜ਼ਟਸ ਨੇ ਜਿੱਦਾਂ ਮੋਬਾਈਲ ਫੋਨ ਹੋ ਗਿਆ ਕੰਪਿਊਟਰ ਹੋ ਗਿਆ ਇਹ ਸਮੇਂ ਦੀ ਜ਼ਰੂਰਤ ਹਨ ਇਸ ਮਾਡਰਨ ਜ਼ਮਾਨੇ ਦੇ ਵਿੱਚ ਕੰਟੈਂਪਰੇਰੀ ਮਤਲਬ ਮਾਡਰਨ ਐਰਾ ਦੀ ਜਗ੍ਹਾ ਤੇ ਤੁਸੀਂ ਐਪੋਕ ਵਰਡ ਵੀ ਯੂਜ਼ ਕਰ ਸਕਦੇ ਹੋ ਗੈਜ਼ਟਸ ਦੇ ਲਈ ਇੱਕ ਵੋਕੈਬਲਰੀ ਵਰਡ ਹੈ ਗਿਜ਼ਮੋਸ ਤਾਂ ਤੁਸੀਂ ਗੈਜ਼ਟ ਦੀ ਜਗ੍ਹਾ ਤੇ ਗਿਜ਼ਮੋਸ ਵਰਡ ਵੀ ਯੂਜ਼ ਕਰ ਸਕਦੇ ਹੋ ਨੈਕਸਟ ਇਜ਼ ਹਾਊ ਕੈਨ ਮੈਮਰੀ ਹੈਲਪ ਯੂ ਟੂ ਲਰਨ ਅ ਨਿਊ ਸਕਿੱਲ ਮੈਮਰੀ ਕਿਦਾਂ ਮਦਦ ਕਰਦੀ ਹੈ ਤੁਹਾਡੀ ਇੱਕ ਨਵਾਂ ਸਕਿੱਲ ਸਿੱਖਣ ਦੇ ਲਈ ਮੈਮਰੀ ਮਤਲਬ ਜਿਹੜੀ ਤੁਹਾਡੀ ਮੈਂਟਲ ਪਾਵਰ ਹੈਗੀ ਆ ਵਿਦਆਊਟ ਐਨੀ ਡਾਊਟ ਮੈਮਰੀ ਇਜ਼ ਦਾ ਵਾਈਟਲ ਪਾਰਟ ਫਾਰ ਲਰਨਿੰਗ ਸਮਥਿੰਗ ਨਿਊ অর ਅ ਸਕਿੱਲ ਬਿਨਾ ਡਾਊਟ ਕੀਤੇ ਮੈਂ ਬੋਲ ਸਕਦਾ ਹਾਂ ਕਿ ਜਿਹੜੀ ਯਾਦ ਸ਼ਕਤੀ ਹੈ ਉਹ ਬਹੁਤ ਹੀ ਇੰਪੋਰਟੈਂਟ ਪਾਰਟ ਆ ਅਗਰ ਕੋਈ ਚੀਜ਼ ਨਵੀਂ ਸਿੱਖਣੀ ਆ ਜਾਂ ਕੋਈ ਸਕਿੱਲ ਸਿੱਖਣਾ ਹੈ ਐਸ ਫਾਰ ਲਰਨਿੰਗ ਅ ਸਕਿੱਲ ਪ੍ਰੈਕਟਿਸ ਇਜ਼ ਨੀਡੇਡ ਕਿਉਂਕਿ ਇੱਕ ਸਕਿੱਲ ਸਿੱਖਣ ਦੇ ਲਈ ਕੋਈ ਚੀਜ਼ ਸਿੱਖਣ ਦੇ ਲਈ ਪ੍ਰੈਕਟਿਸ ਜਿਹੜੀ ਉਹਦੀ ਜ਼ਰੂਰਤ ਹੁੰਦੀ ਆ ਐਂਡ ਮੈਮਰੀ ਰੀਅਲੀ ਹੈਲਪਸ ਟੂ ਪ੍ਰੈਕਟਿਸ ਮਰ ਜਿਹੜੀ ਯਾਦ ਸ਼ਕਤੀ ਆ ਉਹ ਬਹੁਤ ਹੈਲਪ ਕਰਦੀ ਆ ਕੋਈ ਵੀ ਚੀਜ਼ ਪ੍ਰੈਕਟਿਸ ਕਰਨ ਦੇ ਲਈ ਔਰ ਰਿਵਾਈਜ਼ ਆ ਨਿਊ ਥਿੰਗ ਔਰ ਸਕਿੱਲ ਔਰ ਕੋਈ ਵੀ ਨਵੀਂ ਚੀਜ਼ ਨੂੰ ਤੇ ਸਕਿੱਲ ਨੂੰ ਰਿਵਾਈਜ਼ ਕਰਨ ਦੇ ਲਈ ਕੈਨ ਇਲੈਕਟ੍ਰੋਨਿਕ ਡਿਵਾਈਸਸ ਸਚ ਐਸ smartphones ਸਰੀ ਰੀਪਲੇਸ ਹਿਊਮਨ ਮੈਮਰੀ ਕੀ ਜਿਹੜਿਆ ਇਲੈਕਟ੍ਰੋਨਿਕ ਡਿਵਾਈਸਸ ਨੇ ਉਹ smartphone ਜਿਵੇਂ ਹੋ ਗਿਆ ਉਹ ਰੀਪਲੇਸ ਕਰ ਸਕਦੇ ਨੇ ਜਿਹੜੀ ਹਿਊਮਨ ਦੀ ਮੈਮਰੀ ਆ ਨੇਵਰ ਇਹ ਇਦਾਂ ਕਦੀ ਨਹੀਂ ਹੋ ਸਕਦਾ ਇਲੈਕਟ੍ਰੋਨਿਕ ਡਿਵਾਈਸਸ ਕੈਨ ਹੈਲਪ ਇੰਡੀਵਿਜੂਅਲਸ ਇਨ देयर ਵਰਕ ਇਲੈਕਟ੍ਰੋਨਿਕ ਡਿਵਾਈਸ ਕੈਨ ਸੋਲੀ ਵੀ ਕਹਿ ਸਕਦੇ ਹੋ ਕਿ ਓਨਲੀ ਹੈਲਪ ਹੀ ਕਰ ਸਕਦੀ ਹੈ ਲੋਕਾਂ ਦੇ ਉਹਨਾਂ ਦੇ ਕੰਮ ਵਿੱਚ ਬਟ ਕਾਂਟ ਰਿਪਲੇਸ ਹਿਊਮਨ ਮੈਮਰੀ ਬਟ ਹਿਊਮਨ ਮੈਮਰੀ ਨੂੰ ਰਿਪਲੇਸ ਨਹੀਂ ਕਰ ਸਕਦੀ ਬਿਕਾਸ ਕਿਉਂਕਿ ਹਿਊਮਨ ਮੈਮਰੀ ਇਜ਼ ਦਾ ਪ੍ਰੀਸ਼ੀਅਸ ਥਿੰਗ 기ਵਨ ਬਾਇ ਅ ਗੋਡ ਕਿਉਂਕਿ ਹਿਊਮਨ ਮੈਮਰੀ ਜਿਹੜੀ ਆ ਉਹ ਬਹੁਤ ਹੀ ਕੀਮਤੀ ਚੀਜ਼ ਆ ਜਿਹੜੀ ਕਿ god ਵੱਲੋਂ ਮਿਲੀ ਹੋਈ ਹੈ so ਇਸ ਕਰਕੇ ਇਲੈਕਟ੍ਰੋਨਿਕ ਡਿਵਾਈਸਸ ਕੈਨ ਨੈਵਰ ਰਿਪਲੇਸ ਹਿਊਮਨ ਮੈਮਰੀ so ਐਵੇਂ ਕਰਕੇ ਤੁਸੀਂ ਆਨਸਰ ਕਰ ਸਕਦੇ ਹੋ ਇਸ ਸਾਡੇ ਅੱਜ ਦੇ ਫਾਲੋਅ ਅਪ ਕੁਐਸਚਨ ਬਾਕੀ ਜਿਹੜੇ ਇਸ ਦੇ ਫਾਲੋਅ ਅਪ ਕੁਐਸਚਨ ਸਿਗੇ ਉਹ ਕਵਾਈਟ ਈਜ਼ੀ ਸਿਗੇ ਤੁਸੀਂ ਈਜ਼ੀਲੀ ਉਹਨਾਂ ਦੇ ਆਨਸਰ ਕਰ ਸਕਦੇ ਹੋ ਕਿਉਂਕਿ ਵਾਰ-ਵਾਰ ਇਹੀ ਆਨਸਰਸ ਮੋਲਡ ਹੋ ਕੇ ਉਹਨਾਂ ਦੇ ਆਨਸਰਸ ਬਣ ਗਏ ਫਿਰ ਵੀ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੋਏਗੀ ਤਾਂ ਯੂ ਆਰ ਫ੍ਰੀ ਟੂ ਆਸਕ ਮੀ ਇਨ ਦਾ ਕਮੈਂਟ ਬਾਕਸ ਨੇ ਉਹਦਾ ਆਨਸਰ ਤੁਹਾਨੂੰ ਜਿਹੜਾ ਕਮੈਂਟ ਬਾਕਸ ਦੇ ਵਿੱਚ ਕਰ ਦਵਾਂਗੇ ਅਗਰ ਉਹਨਾਂ 'ਚ ਤੁਹਾਨੂੰ ਕੋਈ ਕੁਐਸਚਨ ਸਮਝ ਨਹੀਂ ਆਉਂਦਾ ਤਾਂ ਹੋਪ ਹੈ ਕਿ ਤੁਹਾਡੇ ਲਈ ਇਹ ਵੀਡੀਓ ਬੈਨੀਫੀਸ਼ੀਅਰ ਹੋਏਗੀ ਕੀਪ سپورਟਿੰਗ ਐਂਡ ਸ਼ੇਅਰ ਦਿਸ ਵੀਡੀਓ ਐਜ਼ ਮੱਚ ਐਜ਼ ਪੋਸੀਬਲ ਬਿਕਾਜ਼ ਇਟ ਮੀਨਸ ਅ ਲਾਟ ਟੂ ਮੀ ਥੈਂਕ ਯੂ ਸੋ ਮੱਚ ਫੇ ਬਨਾਇਸਤੀ